ਇੱਕ ਰਿਕਸ਼ੇ ਵਾਲਾ ਬਹੁਤ ਗਰਮੀ ਵਿੱਚ ਪਿਆਸਾ ਗੁਰੂ ਘਰ ਅੱਗੇ ਪਾਣੀ ਪੀਣ ਲਈ ਰੁਕਦਾ। ਉਹ ਗੁਰੂ ਘਰ ਦੇ ਅੰਦਰ ਜਾਂਦਾ ਤੇ ਦੇਖਦਾ ਕਿ ਲੋਕ ਕਿੰਨੀ ਸ਼ਰਧਾ ਨਾਲ ਸੇਵਾ ਕਰ ਰਹੇ ਨੇ। ਇੰਨੇ ਵਿੱਚ ਇੱਕ ਆਵਾਜ਼ ਆਉਂਦੀ ਕਿ ਜੋੜੇ ਇੱਧਰ ਜਮ੍ਹਾਂ ਕਰਾਓ ਜੀ। ਇਹ ਗੱਲ ਸੁਣ ਉਹ ਪਿਆਸਾ ਇਨਸਾਨ ਜੋੜੇ ਘਰ ਵੱਲ ਤੁਰ ਪੈਂਦਾ। ਉਹ ਇਹ ਦੇਖ ਬਹੁਤ ਹੈਰਾਨ ਹੁੰਦਾ ਕਿ ਕਿਸ ਤਰ੍ਹਾਂ ਜੁੱਤੀਆਂ ਨੂੰ ਸਾਫ਼ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ। ਫਿਰ ਉਸਦੀ ਨਜ਼ਰ ਆਪਣੀ ਟੁੱਟੀਆਂ ਚੱਪਲਾਂ ਵੱਲ ਪੈਂਦੀ ਹੈ। ਇਸ ਤੋਂ ਪਹਿਲਾਂ ਉਹ ਅੱਗੇ ਹੋਰ ਕੁਛ ਸੋਚਦਾ ਪਿਆਸ ਨਾਲ ਬੇਹਾਲ ਉਹ ਪਾਣੀ ਵੱਲ ਨੂੰ ਤੁਰ ਪੈਂਦਾ। ਆਪਣੀ ਬੋਤਲ ਭਰ ਮੂੰਹ ਤੇ ਛਿੱਟੇ ਮਾਰ ਗਰਮੀ ਤੋਂ ਰਾਹਤ ਪਾਉਂਦਾ ਹੋਇਆ ਚੱਕ ਬੋਤਲ ਮੁੜ ਜੋੜੇ ਘਰ ਵੱਲ ਤੁਰ ਪੈਂਦਾ। ਵਾਪਸ ਆ ਕੇ ਉਹ ਕੀ ਵੇਖਦਾ ਕਿ ਉਸ ਦੀਆਂ ਟੁੱਟੀਆਂ ਗੰਦੀਆਂ ਚੱਪਲਾਂ ਨੂੰ ਬਿਲਕੁਲ ਸਾਫ਼ ਕਰ ਦਿੱਤਾ ਗਿਆ ਹੈ। ਇਹ ਵੇਖ ਉਹ ਬਹੁਤ ਹੈਰਾਨ ਹੁੰਦਾ ਤੇ ਅੰਦਰੋਂ ਅੰਦਰ ਹੀ ਬਹੁਤ ਖੁਸ਼ ਹੁੰਦਾ ਤੇ ਗੁਰੂ ਸਾਹਿਬ ਦਾ ਪਾਣੀ ਲਈ ਸ਼ੁਕਰਾਨਾ ਕਰਦਾ ਹੋਇਆ ਰਿਕਸ਼ੇ ਵੱਲ ਵਾਪਸ ਤੁਰ ਪੈਂਦਾ। ਤੇ ਰਸਤੇ ਵਿੱਚ ਜਾਂਦਾ ਜਾਂਦਾ ਉਹ ਵਾਰ ਵਾਰ ਸੋਚ ਰਿਹਾ ਸੀ ਕਿ ਦਿਲੋਂ ਕਿੰਨੀ ਸੇਵਾ ਭਾਵਨਾ ਨਾਲ ਸਭ ਲੋਕ ਗੁਰੂ ਘਰ ਸੇਵਾ ਕਰ ਰਹੇ ਸੀ। ਤੇ ਸੋਚਦੇ ਸੋਚਦੇ ਉਸਦਾ ਰਿਕਸ਼ਾ ਇੱਕ ਕਾਰ ਨਾਲ ਟਕਰਾ ਜਾਂਦਾ ਤੇ ਕਾਰ ਵਾਲਾ ਬਿਨਾਂ ਕੁਛ ਕਹੇ ਸੁਣੇ ਉਹਨੂੰ ਬੁਰੀ ਤਰ੍ਹਾਂ ਮਾਰਨ ਲੱਗ ਜਾਂਦਾ। ਰਿਕਸ਼ੇ ਵਾਲਾ ਮਿੰਨਤਾਂ ਕਰਦਾ ਹੱਥ ਜੋੜਦਾ ਪਰ ਉਹ ਇਹਦੀ ਇੱਕ ਨਾ ਸੁਣਦਾ ਤੇ ਬੁਰਾ ਭਲਾ ਬੋਲ ਤੇ ਆਪਣੀ ਕਾਰ ਲੈ ਕੇ ਚਲਾ ਜਾਂਦਾ। ਉਸ ਵਕਤ ਸਭ ਤੋਂ ਵੱਡਾ ਦੁੱਖ ਉਸਦੇ ਦਿਲ ਨੂੰ ਲੱਗਿਆ। ਉਹ ਇਸ ਕਰਕੇ ਨਹੀਂ ਕਿ ਉਹਨੂੰ ਕਿਸੇ ਨੇ ਮਾਰਿਆ, ਦੁੱਖ ਉਹਨੂੰ ਇਸ ਗੱਲ ਦਾ ਸੀ ਕਿ ਜਿਹਨੇ ਉਹਨੂੰ ਮਾਰਿਆ ਉਹ ਉਹੀ ਇਨਸਾਨ ਸੀ ਜੋ ਗੁਰੂ ਘਰ ਜੋੜਿਆਂ ਦੀ ਸੇਵਾ ਕਰ ਰਿਹਾ ਸੀ। ਉਸ ਇਨਸਾਨ ਨੂੰ ਇੰਨੀ ਸ਼ਰਧਾ ਨਾਲ ਗੁਰੂ ਘਰ 'ਚ ਸੇਵਾ ਕਰਦੇ ਹੋਏ ਤੇ ਹੁਣ ਉਸਦਾ ਬਾਹਰ ਇਹ ਰੂਪ ਦੇਖ ਕੇ ਉਹ ਹੁਣ ਹੋਰ ਵੀ ਹੈਰਾਨ ਹੋ ਰਿਹਾ ਸੀ। ਪਰ ਇਹ ਹੈਰਾਨੀ ਪਹਿਲਾਂ ਨਾਲੋਂ ਬਹੁਤ ਵੱਖਰੀ ਸੀ ਤੇ ਦਿਲ ਵਿੱਚ ਇਸ ਵਾਰ ਖੁਸ਼ੀ ਨਹੀਂ ਬਲਕਿ ਬਹੁਤ ਦਰਦ ਸੀ ਤੇ ਦਿਲ ਅੰਦਰੋਂ ਬਹੁਤ ਰੋ ਰਿਹਾ ਸੀ। ਮੁੱਕ ਗਈ ਦਿਲ ਵਿੱਚੋਂ ਸੇਵਾ ਭਾਵਨਾ, ਰਿਹਾ ਚੇਤੇ ਇਸ ਵੇਲੇ ਗੁਰੂ ਨਾਮਨਾ। ਕਰੀਏ ਦਿਖਾਵੇ ਲਈ ਕੋਈ ਵੀ ਐਸਾ ਕਾਮਨਾ, ਹੋਵੇ ਧਰਮ ਜੋ ਬਦਨਾਮਨਾ, ਹੋਵੇ ਧਰਮ ਜੋ ਬਦਨਾਮਨਾ।